ਹਰਿੰਦਰ ਸਿੰਘ ਬਜਾਜ ਦੀ ਕਹਾਣੀ ਸੁੱਚੇ ਫੁੱਲਾਂ ਦਾ ਸੱਚ ਮੈਂ ਕੋਈ 6 ਮਹੀਨਿਆਂ ਤੋਂ ਦਿਲ ਦੇ ਆਪਰੇਸ਼ਨ ਦੇ ਰੋਗੀਆਂ ਦੀ ਲਿਸਟ ਤੇ ਚੜ੍ਹਾ ਰਿਹਾ ਸਾਂ ਪਿਛਲੇ ਹਫਤੇ ਉਹਨਾਂ ਦੀ ਚਿੱਠੀ ਆਈ ਕਿ ਅਕਤੂਬਰ ਮਹੀਨੇ ਦੀ 10 ਤਰੀਕ ਨੂੰ ਮੈਂ ਹਸਪਤਾਲ ਦੇ ਵਾਰਡ ਨੰਬਰ 3 'ਚ ਸਵੇਰੇ 8 ਵਜੇ ਆਪਰੇਸ਼ਨ ਲਈ ਹਾਜ਼ਰ ਹੋ ਜਾਵਾਂ ਦਫਤਰੀ ਕਾਰਵਾਈ ਤੋਂ ਬਾਅਦ ਮੈਂ ਜਦੋਂ ਆਪਣੇ ਰੋਗੀ ਕਮਰੇ 'ਚ ਦਾਖਲ ਹੋਇਆ ਤਾਂ ਗੋਇ ਇੱਕ ਹੋਰ ਮਰੀਜ਼ ਬਾਰੀਵਲ ਮੂੰ ਕਰੀ ਪਿਆ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਨੀਲੇ ਆਕਾਸ਼ 'ਚ ਘੋੜ ਦੌੜ ਕਰ ਰਹੇ ਕਾਲੇ ਬੱਦਲਾਂ ਨੂੰ ਘੂਰ ਰਿਹਾ ਸੀ ਮੇਰੇ ਅੰਦਰ ਵੜਨ ਤੇ ਉਸ ਮੇਰੇ ਕਦਮ ਦੀ ਚਾਪ ਸੁਣ ਮੇਰੇ ਵੱਲ ਮੂੰ ਫੇਰਿਆ ਮੈਨੂੰ ਗੌਰ ਨਾਲ ਤੱਕਿਆ ਅਚਾਨਕ ਹੀ ਉਹਦੇ ਦੋਵੇਂ ਹੱਥ ਕਮਰੇ ਦੀ ਛੱਤ ਵੱਲ ਉੱਠੇ ਤੇ ਉਹਦੇ ਬੁੱਲ ਹਿੱਲੇ ਅਲਹਮਦੁਲਿਲਾ ਦੁਆ ਫਕੀਰਾਂ ਰਹਿਮੱਲਾ ਸ਼ੁਕਰੇ ਤੇਰਾ ਪਰਵਰਦਿਗਾਰ ਇੱਕ ਮਰ ਤੋਂ ਬਾਅਦ ਫਿਰ ਕਿਸੇ ਸਰਦਾਰ ਦਾ ਗਵਾਂਢ ਨਸੀਬ ਹੋਇਆ। ਉਹਦੇ ਰੂਪ ਪਾੜ ਨਿਕਲੇ ਸੁਆਕ ਨੇ ਮੇਰੇ ਸਾਹਮਣੇ ਉਹਦਾ ਸਾਰੇ ਦਾ ਸਾਰਾ ਪਛੋਕੜ ਲਿਆ ਖੜਾ ਕੀਤਾ। ਤਾਂ ਤੁਸੀਂ ਪਾਕਿਸਤਾਨੀ ਹੋ। ਮੈਂ ਤਸੱਲੀ ਭਰਪੂਰ ਲੈ ਝਿਜ ਗਿਆ। ਤੁਸੀਂ ਸਹੀ ਪੇ ਕਹਿੰਦੇ ਹੋ। ਮੇਰਾ ਨਾਂ ਨੂਰ ਮੁਹੰਮਦ ਏ ਤੇ ਮੈਂ ਪਾਕਿਸਤਾਨ ਤੋਂ ਫੈਜ਼ਲਾਬਾਦ ਲਾਇਲਪੁਰ ਦੇ ਇਲਾਕੇ ਤੋਂ ਆ। ਇੱਕੋ ਸਾਇ ਉਹ ਆਪਣੇ ਬਾਰੇ ਮੈਨੂੰ ਸਾਰਾ ਕੁਝ ਹੀ ਦੱਸ ਗਿਆ। ਉਦੀ ਉਮਰ 17 ਤੋਂ ਉੱਪਰ ਜਾਪ ਰਹੀ ਸੀ ਪਰਮਾ ਸਰੀਰ ਸਰੂਪਾ ਦੇ ਸਿਰ ਦੇ ਵਾਲ ਤੇ ਤਰਾਸ਼ੀ ਹੋਈ ਦਾੜੀ ਮਹਿੰਦੀ ਰੰਗੇ ਸਨ ਉਹਨਾਂ ਵੀ ਹਲਕੇ ਰੰਗ ਦੀ ਸਲਵਾਰ ਕਮੀਜ਼ ਵਿੱਚ ਮੰਜੇ ਦੇ ਨਿੱਸਲ ਪਿਆ ਉਹ ਸੋਹਣਾ ਜਣਾ ਜਾਪ ਰਿਹਾ ਸੀ ਤੁਸੀਂ ਕਿਹੜੇ ਪਿੰਡ ਤੋਂ ਮੈਂ ਗੰਭੀਰ ਮੁਦਰਾ ਚ ਪ੍ਰਸ਼ਨ ਕੀਤਾ ਤੁਹਾਨੂੰ ਸਾਡੇ ਇਲਾਕੇ ਦਾ ਕਿੰਨਾ ਕੁ ਪਤਾ ਹੋਣਾ ਖੈਰ ਕੋਈ ਗੱਲ ਨਹੀਂ ਜਦੋਂ ਲਾਹੌਰੋਂ ਬਸ ਫੜ ਫੈਜ਼ਲਾਬਾਦ ਨੂੰ ਜਾਈਏ ਨਾ ਤੇ ਨਹਿਰ ਦੇ ਕੰਡੇ ਘੁਗਵਸਤਾ ਕਸਬਾ ਮੰਗਟਾਂ ਵਾਲਾ ਲੰਘ ਕੇ ਕੋਈ 10 ਕੁ ਮੀਲਾਂ ਤੇ ਮੇਰਾ ਪਿੰਡ ਕੋਟ ਨਿਹਾਲ ਸਿੰਘ ਆਉਂਦਾ ਮੰਗਟਾਂ ਵਾਲੇ ਤੋਂ ਪੱਕੀ ਸੜਕ ਨਨਕਾਣਾ ਸਾਹਿਬ ਨੂੰ ਜਾਂਦੀ ਏ ਤੇ ਤੇ ਕੋਟ ਨਿਹਾਲ ਸਿੰਘ ਪਿੰਡ 부ੱਚੇ ਕਿਆਂ ਦੀ ਚੜਦੀ ਵਕੀਚ ਪੈਂਦਾ ਮੈਂ ਕਿਸੇ ਜਿਓਗ੍ਰਾਫੀਏ ਦੇ ਮਾਸਟਰ ਵਾਂਗੇ ਇਲਾਕੇ ਦੇ ਨਕਸ਼ੇ ਤੇ ਛੋਟੀ ਫੇਰ ਸਭ ਕੁਝ ਕਹਿ ਸੁਣਾਇਆ ਉਮੇਰਾ ਇਹ ਬਿਆਨ ਸੋਨੇ ਕਮੈਂਟ ਚ ਉਪਰ ਹੈ ਫਿਰ ਸੱਜੇ ਹੱਥ ਦੀ ਵੱਡੀ ਉਂਗਲ ਨਾਲ ਆਪਣਾ ਆਪਣੀ ਦਾੜੀ ਖੁਰਕਦਾ ਬੋਲਿਆ ਰੱਬ ਨਾ ਭੁਲਾਵੇ ਤੋ ਤੁਸੀਂ ਮੈਨੂੰ ਚਿਹਰੇ ਮੋਹਰੇ ਤੋਂ ਮੇਰੇ ਪਿੰਡ ਦੇ ਪੇ ਲਗਦੇ ਹੋ ਤੇ ਜੇ ਮੈਂ ਉਹਨਾਂ ਜੂਹਾਂ 'ਚ ਆਪਣੇ ਪਿਓ ਦਾਦੇ ਵਾਂਗ ਨਾ ਜੰਮਿਆ ਪਲਿਆ ਹੁੰਦਾ ਤੁਹਾਨੂੰ ਵੀ ਅੱਜ ਸਰਦਾਰਾਂ ਦੇ ਗਵਾਂਢ ਦੀ ਸੱਦਰ ਨਾ ਰੜਕਦੀ ਉਹਦਾ ਗੱਜ ਭਰਿਆ ਗਿਆ ਅੱਖਾਂ ਸੱਜਲ ਹੋ ਗਈਆਂ ਮੈਂ ਆਪਣੇ ਪਿੰਡ ਦੇ ਸਰਦਾਰ ਨਿਹਾਲ ਸਿੰਘ ਨੂੰ ਕਦੇ ਨਹੀਂ ਭੁੱਲ ਸਕਦਾ ਮੈਂ ਸਾਰੀ ਉਮਰ ਉਹਦੀ ਜ਼ਮੀਨ ਵਹੀ ਸੀ ਬੜਾਈ ਮਹਿਬੂਬ ਇਨਸਾਨ ਸੀ ਉਹ ਖੁਦਾ ਰਹਿਮਤ ਕਰੇ ਜੰਨਤ ਨਸੀਬ ਹੋਸੀ ਸਰਦਾਰ ਨਿਹਾਲ ਸਿੰਘ ਸਰਦਾਰ ਬੂਟਾ ਸਿੰਘ ਦਾ ਪੁੱਤਰ ਢਾਈ ਮਰਬਿਆਂ ਦੇ ਮਾਲਕ ਮੇਰੇ ਮੂੰਹੋਂ ਇੱਕਦਮ ਸਾਰਾ ਕੁਝ ਜਿਵੇਂ ਰੱਖਿਆ ਰਖਾਇਆ ਨਿਕਲ ਗਿਆ ਮੈਨੂੰ ਇੰਜ ਲੱਗਾ ਜਿਵੇਂ ਮੇਰੀਆਂ ਅੱਖਾਂ ਬਾਰ ਬਾਰੀ ਚੋਂ ਨੀਲੇ ਆਕਾਸ਼ ਤੇ ਹਿੱਕ ਤੇ ਕੁਝ ਕੁਝ ਲਿਖਿਆ ਪੜ ਰਹੀਆਂ ਸਨ ਤੇ ਤੁਸੀਂ ਸਾਡੇ ਉਹ ਸਰਦਾਰ ਨੂੰ ਕਿਵੇਂ ਜਾਣਦੇ ਹੋ ਪਿਆ ਪਿਆ ਚੀਖਿਆ ਹੁਣ ਮੇਰਾ ਗੱਜ ਭਰਿਆ ਗਿਆ ਸੀ ਅੱਖਾਂ ਸੱਜੜੀ ਨਹੀਂ ਸਗੋਂ ਵਗ ਟੁਰੀਆਂ ਮੇਰੇ ਹੋਠ ਕੰਬ ਰਹੇ ਸਨ ਹਸਪਤਾਲ ਛੱਡਣਾਏ ਮੇਰੇ ਮੁੰਡੇ ਨੇ ਮੈਨੂੰ ਆਪਣੀਆਂ ਬਾਹਾਂ 'ਚ ਘੁੱਟ ਕੇ ਕਾਫੀ ਮੁਸ਼ਕਲ ਨਾਲ ਸੰਭਾਲਿਆ ਮੈਂ ਉਸ ਬਦਨਸੀਬ ਨਿਹਾਲ ਸਿੰਘ ਦਾ ਬਦਬਖਤ ਬੇਟਾ ਕਸ਼ਮੀਰਾ ਸਿੰਘ ਆ ਨਹੀਂ ਨਹੀਂ ਉਸਾਹ ਉਸਾਈ ਹੋਇਆ ਜਿਵੇਂ ਚਿੱਕਿਆ ਉਹਨੇ ਮੰਜੇ ਤੋਂ ਢਵਾਏ ਉੱਠਣ ਦੀ ਕੋਸ਼ਿਸ਼ ਕੀਤੀ ਪਰ ਹਾਈ ਕਹਿ ਕੇ ਕੰਡ ਪਰਨੇ ਜਿਵੇਂ ਉੱਠਿਆ ਸੀ ਉੱਥੇ ਹੀ ਟਹਿ ਪਿਆ ਤੁਸੀਂ ਪਏ ਰਹੋ ਤੁਹਾਡੇ ਲਈ ਉੱਠਣਾ ਮੁਸ਼ਕਿਲ ਏ ਮੈਂ ਆਪ ਡਾਕਟਰ ਆ ਮੈਨੂੰ ਪਤਾ ਹੈ ਤੁਹਾਨੂੰ ਆਪਣੇ ਆਪ ਉੱਠਣ ਬੈਠਣ ਨੂੰ ਘੱਟੋ-ਘੱਟ 2 ਮਹੀਨੇ ਹੋਰ ਲੱਗ ਜਾਣਗੇ। ਮੇਰੇ ਮੁੰਡੇ ਨੇ ਉਹਦੀ ਮਜਬੂਰੀ ਨੂੰ ਪਰਵਾਨ ਕਰ ਦੇ ਕਿਆ। ਪੁੱਤਰ ਕਸ਼ਮੀਰ ਅੱਗੇ ਹੋ ਕੇ ਅੱਜ ਮੇਰੇ ਤੇ ਇੱਕ ਕਰਮ ਕਰ। ਆਹ ਮੇਰੇ ਇਸ ਚਾਕੂ-ਛੁਰੀਆਂ ਨਾਲ ਵੱਡੀ ਟੁੱਕੀ ਇੱਕ ਨਾਲ ਲੱਗ ਜਾ। ਪੁੱਤਰ ਮੈਂ ਦੱਸ ਨਹੀਂ ਸਕਦਾ ਮੈਂ ਕਿੰਨਾ ਸ਼ੁਕਰਗੁਜ਼ਾਰ ਆ ਉਸ ਰੱਬੇ کریم ਦਾ ਕਿ ਤੂੰ ਜਿਉਂਦੇ ਜੀ ਮਿਲ ਪਿਆ। ਮੈਂ ਮਰਨ ਤੋਂ ਪਹਿਲਾਂ ਸਿਰ ਚੁੱਕਿਆ ਕਰਜ਼ ਲਾਉਣ ਜੋਗਾ ਹੋ ਗਿਆ। ਮੈਨੂੰ ਤੇਰੀ ਨਿਹਾਰ ਚੋਂ ਤੇਰੇ ਸੁੱਚੇ ਦਾੜੇ ਵਾਲਾ ਬਾਪ ਨਜ਼ਰੀ ਪਿਆ ਪੈਂਦਾ ਏ 6 ਫੁੱਟ ਉੱਚਾ ਜਵਾਨ ਬਣਦਾ ਤਣਦਾ ਜਣਾ ਹੱਥ ਫੜਿਆ ਖਾਨਦਾਨੀ ਖੁੰਡਾ ਕੀ ਕੋਈ ਮਰਦ ਸੀ ਉਹ ਮੇਰੇ ਬੱਚਿਆ ਨੂਰ ਮੁਹੰਮਦ ਮੇਰਾ ਹੱਥ ਆਪਣੇ ਸਰਦ ਹੱਥਾਂ 'ਚ ਘੁੱਟਦਾ ਕਹਿ ਰਿਹਾ ਸੀ ਤੇਰਾ ਬਾਪ ਹਾਲੇ ਵੀ ਤੇਰੀ ਭੈਣ ਸਣੇ ਪਿੰਡ ਦੀ ਮਿੱਟੀ 'ਚ ਦੱਬਿਆ ਤੈਨੂੰ ਬਾਹਾਂ ਉਲਾਰੂ ਲਾਰ ਵਾਜਾ ਮਾਰਦਾ ਜਾ ਤੇ ਜਾ ਕੇ ਉਹਦੀ ਸਾਰ ਲੈ ਮੇਰੇ ਬੱਚਿਆ ਉਹ ਪਿਛਲੇ ਪੰਜਾਹ ਵਰਿਆਂ ਤੋਂ ਮਿੱਟੀ ਨਾਲ ਮਿੱਟੀ ਹੋਇਆ ਤੇਰੀ ਉਡੀਕ ਕਰ ਰਿਹਾ ਨਿਰਾਉਈ ਨਹੀਂ ਉਹਦੇ ਕਰਕੇ ਸਾਰਾ ਪਿੰਡ ਤੇਰੀ ਰਾਹ ਪਿਆ ਵੇਖਦਾ ਤੇ ਉਹਨੇ ਭਰੇ ਗਲੇ ਨਾਲ ਜ਼ਾਰੋ ਜ਼ਾਰ ਵੰਦੀ ਅੱਖਾਂ ਨਾਲ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਅਚਾਨਕ ਝੁਲੇ ਝਖੜ ਕਰਨ ਮੈਂ ਹਲੇ ਸੰਭਲਣ ਦਾ ਯਤਨ ਹੀ ਕਰ ਰਿਹਾ ਸੀ ਜਾਂ ਨੂਰ ਮੁਹੰਮਦ ਦਾ ਮੁੰਡਾ ਤੇ ਉਹਦੀ ਸੁਆਣੀ ਉਹਨੂੰ ਲੈਣ ਆ ਗਏ ਚਾਹੁੰਦਿਆਂ ਨਾ ਚਾਹੁੰਦਿਆਂ ਉਹ ਜਾਣ ਦੀ ਤਿਆਰੀ 'ਚ ਰੁੱਝ ਗਿਆ ਮੈਨੂੰ ਜਾਪ ਰਿਆ ਸੀ ਉਨੂੰ ਮਿਲ ਕੇ ਮੇਰੇ ਹੀ ਖੋਸ਼ਗੁਮਨੀ ਸਨ ਹੋਏ ਉਹ ਵੀ ਅੰਦਰੋਂ ਬਾਹਰੋਂ ਝੰਬਿਆ ਗਿਆ ਸੀ ਅਸੀਂ ਦੋਹਾਂ ਕੋਲ ਜਿੱਥੇ ਪੁੱਛਣ ਦੱਸਣ ਨੂੰ ਬਹੁਤ ਕੁਝ ਸੀ ਪਰ ਚੱਲੇ ਘਰ ਤੂ ਸਵੰਗ ਦੋਵੇਂ ਬਿਲਕੁਲ ਖਾਲੀ ਖਾਲੀ ਮਹਿਸੂਸ ਕਰ ਰਹੇ ਸਾਂ ਉਹਦੇ ਸਾਜ਼-ਸਮਾਨ ਸੰਭਾਲ ਕੇ ਜਾਣ ਤੱਕ ਜਿਵੇਂ ਮੈਂ ਆਪਣਾ ਆਪ ਸੰਭਾਲ ਨਹੀਂ ਸਿੱਖਿਆ ਮੈਂ ਬਦੇਵਾਸੀ 'ਚ ਉਸ ਤੋਂ ਉਹਦਾ ਪਤਾ ਲੈਣਾ ਵੀ ਭੁੱਲ ਗਿਆ ਸ਼ਾਇਦ ਉਹ ਨਹੀਂ ਸਿਚਾਉਂਦਾ ਜ ਮੈਂ ਜਾਂ ਅਸੀਂ ਦੋਹਾਂ ਅੰਦਰ ਪਤਾ ਨਹੀਂ ਕੀ ਅੜ ਗਿਆ ਸੀ ਕਿ ਉਹਦੇ ਜਾਣ ਤੱਕ ਅਸੀਂ ਸਾਂਝੀ ਜ਼ਿੰਦਗੀ ਦੀ ਸਾਂਝੀ ਮਲਕੀਅਤ ਵਿੱਚੋਂ ਜ਼ੁਬਾਨ ਤੱਕ ਸਾਂਝੀ ਨਾ ਕਰ ਸਕੇ ਤੇ ਦੋ ਅਜਨਬੀਆਂ ਵਾਂਗ ਦੋਸ਼ੀਆਂ ਵਾਂਗ ਜਿਵੇਂ ਪਹਿਲਾਂ ਅਲੱਗ-ਅਲੱਗ ਸੀ ਇੱਕ ਵਾਰ ਫੇਰ ਮਿਲ ਕੇ ਨਾ ਮਿਲਣ ਵਾਂਗ ਹੀ ਨਿਕਲ ਗਏ ਪਰ ਉਸਦੇ ਚਲੇ ਜਾਣ ਤੋਂ ਬਾਅਦ ਮੈਂ ਇੱਕ ਵਾਰ ਨਹੀਂ ਅਨੇਕ ਵਾਰ ਸਿੱਧਾ ਆਪਣੇ ਦਿਲ 'ਚ ਖੰਜਰ ਖੋਪਦਾ ਮਹਿਸੂਸ ਕੀਤਾ ਜਿਵੇਂ ਕੋਈ ਮੋੜ-ਮੜੋ ਹੀ ਖੰਜਰ ਖੋਭ ਰਿਆ ਸੀ ਜਿਹਨੂੰ ਬਜ਼ੁਰਗ ਨੂਰ ਮੁਹੰਮਦ ਮੜਮੜ ਕੱਢ ਰਿਹਾ ਸੀ ਤੇ ਮੈਂ ਉਸ ਖੰਜਰ ਦੇ ਮੜਮੜ ਕੋ ਬਨ ਨਾਲ ਮਰਨ ਕਿਨਾਰੇ ਹੁੰਦਾ ਜਾ ਰਿਹਾ ਸੀ ਦੂਸਰਾ ਪਾਗ ਸਮਾਂ ਬੀਤਦਾ ਗਿਆ ਪਹਿਲਾਂ ਵਾਂਗੀ ਦਿਨ ਹਫਤੇ ਮਹੀਨੇ ਸਾਲ ਸਿਰੋਂ ਲੰਘਦੇ ਜਾ ਰਹੇ ਸਨ ਮੈਂ ਆਪਣੇ ਮੁੰਡੇ ਨਾਲ ਇੱਕ ਵਾਰ ਫੇਰ ਆਪਣੀ ਜਨਮ ਭੂਮੀ ਕੋਟ ਨਿਹਾਲ ਸਿੰਘ ਚ ਆਪਣੇ ਪੰਜਾਬ ਉਰੇ ਪਹਿਲਾ ਮਰੇ ਬਾਪ ਦੀਆਂ ਅਸਥੀਆਂ ਫੁੱਲਾਂ ਦੀ ਤਲਾਸ਼ ਚ ਆਪਣੇ ਪੁਰਾਣੀ ਪਿੰਡ ਦੀਆਂ ਗਲੀਆਂ ਦੀ ਖਾਕ ਛਾਂਦਿਆ ਸੀ ਨੂਰ ਮੁਹੰਮਦ ਦਾ ਜਾਂ ਆਪਣੀ ਰੂਹ ਦਾ ਕਰਜ਼ਾ ਚੁਕਾ ਰਿਆ ਸਾਂ ਸਾਡਾ ਪਰਿਵਾਰ ਬਹੁਤਾ ਵੱਡਾ ਨਹੀਂ ਸੀ ਮੈਂ ਬਾਪੂ ਜੀ ਨਿਹਾਲ ਸਿੰਘ ਮੇਰੀ 15 ਮੁਰਿਆਂ ਦੀ ਭੈਣ ਮਿੰਦੋ ਮੇਰੀ ਬੇਬੇ ਜਗੀਰੋ ਤੇ ਮੈਥੋਂ ਛੋਟਾ ਮੇਰਾ ਭਰਾ ਪਿਸ਼ੋਰਾ ਸਿੰਘ ਇਹ ਸੋਚਣਾ ਮੈਂ ਪੂਰੇ ਇੱਕ ਦਿਨ ਚ ਪਿੰਡ ਦੀਆਂ ਜੂਹਾਂ ਬਰੂਹਾਂ ਚ ਟੱਕਰਾ ਮਾਰ ਮਾਰ ਕੱਢ ਸਕਿਆ ਸਾਂ ਤੇ ਮੈਂ ਜਿਹੜਾ ਵੀ ਦਰ ਖੜਕਾਇਆ ਪਹਿਲਾਂ ਤਾਂ ਲੋਕੀ ਕਰਸੇ ਤੋਂ ਬਾਅਦ ਇੱਕ ਸਿੱਖ ਨੂੰ ਆਪਣੇ ਦਰਾਂ ਤੇ ਖਲੋਤਾ ਵੇਖ ਇਤਬਾਰ ਹੀ ਨਹੀਂ ਸੀ ਕਰਦੇ ਕਿ ਮੈਂ ਅਸਲੀਅਤ ਚ ਜਾਂ ਹਕੀਕਤਾਂ ਨਹੀਂ ਉਹਨਾਂ ਦੇ ਸਾਹਮਣੇ ਖੜਾ ਸਾਂ ਜਾਂ ਉਹ ਕੋਈ ਸੁਪਨਾ ਵੇਖ ਰਹੇ ਸਨ ਫਿਰ ਲੋਕ ਇੰਜ ਮਹਿਸੂਸ ਕਰ ਰਹੇ ਸਨ ਜਿਵੇਂ ਪੂਰੀ ਅੱਧੀ ਸਦੀ ਮਗਰੋਂ ਉਹਨਾਂ ਦਾ ਪਿੰਡ ਇੱਕ ਪੁੱਤਰ ਨਹੀਂ ਸਗੋਂ ਕੋਈ ਫਰਿਸ਼ਤਾ ਉਹਨਾਂ ਵੱਲ ਵਿਚਾਰੇ ਜਾਂ ਕਿਤੇ ਗਏ ਅਮਲਾਂ ਦਾ ਹਿਸਾਬ ਮੰਗ ਰਿਆ ਸੀ ਮੈਂ ਸਰਦਾਰ ਨਿਹਾਲ ਸਿੰਘ ਦਾ ਮੁੰਡਾ ਕਸ਼ਮੀਰਾ ਸਿੰਘ ਆ ਕਿ ਤੁਸੀਂ ਮੈਨੂੰ ਮੇਰੇ ਬਾਪ ਬਾਰੇ ਕੁਝ ਦੱਸ ਸਕਦੇ ਹੋ ਮੇਂ ਪਿੰਡ ਦੇ ਨੰਬਰਦਾਰ ਅਲੀ ਸਾਹਮਣੇ ਖੜਾ ਆਪਣਾ ਸਵਾਲ ਪੇਸ਼ ਕਰ ਰਿਹਾ ਸੀ ਅਲੀ ਨੰਬਰਦਾਰ ਨੇ ਖੁੱਡ ਚੋਂ ਨਿਕਲੇ ਚੂਹੇ ਵਾਂਗ ਧਰਉਧਰ ਸਿਰ ਨੂੰ ਘੁਮਾਇਆ ਜਿਵੇਂ ਚੋਗਿਰਦੇ ਦੀ ਹਵਾ ਸੁੰਘ ਰਿਹਾ ਹੋਵੇ ਉਹ ਸਾਰੀ ਗਲੀ ਗਵਾਂਡ ਨੂੰ ਕਿਸੇ ਚੋਰ ਵਾਂਗ ਤਾੜਿਆ ਕਿਸੇ ਨੂੰ ਚੋਗਿਰਦੇ 'ਚ ਮੌਜੂਦ ਨਾ ਵੇਖ ਕੇ ਮੈਨੂੰ ਤੇ ਮੁੰਡੇ ਨੂੰ ਕਿਸੇ ਦੋਸ਼ੀ ਵਾਂਗ ਗਲਮੇ ਉਫੜ ਆਪਣੇ ਘਰ ਅੰਦਰ ਕਾਲ ਨਾਲ ਕਸੀਟ ਲਿਆ ਅਲੀ ਨੰਬਰਦਾਰ ਡਰਿਆ ਸਾਹਮਣੇ ਕਿਸੇ ਦੋਸ਼ੀ ਵਾਂਗ ਸੌਸਾਈ ਹੋਇਆ ਸੰਡੇ ਵਾਂਗ ਹੋਕ ਰਿਹਾ ਸੀ ਆਜੀ ਕਸ਼ਮੀਰ ਸਿਆ ਪੁੱਤਰ ਤੁਸੀਂ ਮੇਰੇ ਸਿਰ ਮੱਥੇ ਆਪਣੇ ਸਾਹਾਂ ਨੂੰ ਸਰੀਰ ਦੇ ਤਾਪਮਾਨ ਨੂੰ ਠੀਕ ਕਰਦਾ ਬੋਲ ਰਿਹਾ ਸੀ ਜਿੰਨਾ ਕੋ ਮੈਨੂੰ ਖਬਰ ਹੈ ਮੈਂ ਜ਼ਰੂਰ ਦੱਸਾਂਗਾ ਰੋਲੇ ਪੈਨ ਤੇ ਤੇਰਾ ਬਾਪ ਆਪਣੀ ਹਵੇਲੀ ਛੱਡ ਕੇ ਕੁਟੀ ਵਾਲੇ ਖੂਹ ਤੇ ਬੱਚਿਆਂ ਸਮੇਤ ਚਲਾ ਗਿਆ ਸੀ ਤੇ ਕਦੇ-ਕਦਾਈਂ ਦੁੱਧ ਖੰਡ ਜਾਂ ਆਟਾ ਦਾਲ ਲੈਣ ਹੀ ਪਿੰਡ ਹੁੰਦਾ ਸੀ ਪਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਕਿਸੇ ਨੇ ਪਿੰਡ ਹੀ ਨਹੀਂ ਛੱਡਣ ਦਿੱਤਾ ਮਾਰ ਕੇ ਇੱਥੇ ਕਿਤੇ ਦੱਬ ਦਿੱਤਾ ਮੈਂ ਆਪਣਾ ਸ਼ੰਕਾ ਪ੍ਰਗਟ ਕਰਕੇ ਅਸਲੀਅਤ ਤੱਕ ਪਹੁੰਚਣਾ ਚਾਹੁੰਦਾ ਸੀ ਹੋ ਸਕਦਾ ਹੈ ਤੇਰੀ ਇਤਲਾ ਠੀਕ ਹੋਵੇ ਪਰ ਮੈਨੂੰ ਤੇਰੇ ਬਾਪ ਬਾਰੇ ਇਤੋਂ ਵੱਧ ਕੁਝ ਵੀ ਪਤਾ ਨਹੀਂ ਚਾਚਾ ਤੂੰ ਇਸ ਪਿੰਡ 'ਚ ਹੀ ਜੰਮਿਆ ਪਲਿਆ ਸਕੂਲ ਤੋਂ ਲੈ ਕੇ ਵਿਆਹ ਕਰਾਉਣ ਤੱਕ ਇੱਥੋਂ ਤੱਕ ਕਿ ਮੇਰੇ ਜੰਮਣ ਤੱਕ ਤੁਸੀਂ ਇਕੱਠੇ ਹੀ ਬੈਠਦੇ ਉੱਠਦੇ ਖਾਂਦੇ ਪੀਂਦੇ ਰਹੇ ਫਿਰ ਤੂੰ ਕਹਿਣਾ ਤੈਨੂੰ ਕੁਝ ਪਤਾ ਨਹੀਂ ਘਟ ਕੋ ਖੁਦਾ ਦਾ ਕੀ ਪਿਆ ਗੱਲਾਂ ਕਰਨਾ ਮੈਂ ਜਜ਼ਬਾਤੀ ਹੁੰਦਿਆਂ ਕਿ ਕਿਸੇ ਹੋਰ ਤੋਂ ਜਾ ਕੇ ਪਤਾ ਕਰ ਲੈ ਮੈਂ ਇਦੋਂ ਵੱਧ ਤੇਰੀ ਮਦਦ ਨਹੀਂ ਕਰ ਸਕਦਾ ਉਹਨੇ ਜਿਵੇਂ ਸਾਨੂੰ ਬਾਹੋਂ ਫੜ ਕੇ ਘਰੋਂ ਬਾਹਰ ਧੱਕ ਦਿੱਤਾ ਤੇ ਕਿਸੇ ਅਜਨਬੀ ਵਾਂਗ ਧੱਕ ਕਰਕੇ ਬੂਹਾ ਭੇੜ ਲਿਆ ਅਸੀਂ ਗਲੀ 'ਚ ਖਲੋਤੇ ਇੱਕ ਦੂਜੇ ਵੱਲ ਬਿੱਤਰ-ਬਿੱਤਰ ਵੇਖ ਰਹੇ ਸਾਂ ਤੇ ਜਦ ਪਿੰਡ ਦੇ ਨਿੱਕੇ ਨਿਆਣੇ ਸਾਡੀ ਤਰਸਯੋਗ ਹਾਲਤ ਨੂੰ ਮੁੱਖ ਰੱਖ ਪਸੇ ਨਾ ਪਸੀਨਾ ਹੋ ਰਹੇ ਸਨ ਪਿੰਡ ਦੇ ਇਸ ਤਰ੍ਹਾਂ ਦੇ ਸਾਹ ਘੁੱਟ ਦੇ ਵਾਤਾਵਰਣ 'ਚ ਅਸੀਂ ਦੋਹਾਂ ਦਾ ਸਾਹ ਘੁੱਟਦਾ ਜਾ ਰਿਹਾ ਸੀ ਸਾਡੇ ਪਿੰਡ ਆਵੜਨ ਦੀ ਸੂ ਸਾਡੇ ਆਉਣ ਤੋਂ ਪਹਿਲਾਂ ਹੀ ਕਿਸੇ ਗਰਮੀ ਰੁੱਤੇ ਲੱਗੀ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ ਲੋਕ ਸਾਨੂੰ ਜੇ ਆਇਆ ਤੇ ਕਿਹੜੇ ਮੱਥੇ ਕਹਿੰਦੇ ਪਰ ਸਾਡੇ ਨੇੜੇ ਜਾਵਣ ਤੇ ਮੂੰਹ ਖੋਲ ਸਵਾਲ ਕਰਨ ਤੋਂ ਪਹਿਲਾਂ ਹੀ ਦਰਵਾਜ਼ੇ ਬੰਦ ਕਰ ਲੈਂਦੇ ਨੇਰੇ ਦਰਵਾਜ਼ੇ ਕਿਉਂ ਬੰਦ ਕਰਦੇ ਸਗੋਂ ਕੁੰਡੇ ਜੰਦਰੇ ਵੀ ਅੜਾ ਲੈਂਦੇ ਜਿਵੇਂ ਅਸੀਂ ਉਹਨਾਂ ਲਈ ਮੌਤ ਦੇ ਫਰਿਸ਼ਤੇ ਹੋ ਵੀਏ ਤੇ ਉਹ ਸਾਡੇ ਪਰਛਾਵੇਂ ਤੋਂ ਵੀ ਡਰ ਰਹੇ ਹੋਣ ਤੇ ਜਦੋਂ ਗਰਦੇਸ਼ ਤੇ ਮਾਰੇ ਹੜ ਚ ਰੁੜੇ ਜਾਂਦੇ ਕਿਸੇ ਅਣਤਾਰੂ ਵਾਂਗ ਪਿੰਡ ਦੀਆਂ ਕੁਝ-ਕੁਝ ਗਲੀਆਂ 'ਚੋਂ ਲੰਘਦਿਆਂ ਦਰਾਂ ਦੇ ਖੁੱਲ੍ਹਦੇ ਆਂ ਬੰਦ ਹੁੰਦੇ ਆਂ ਮੈਂ ਆਪਣੀ ਹਵੇਲੀ ਹਾਂ ਜਿੱਦੀ ਹਵੇਲੀ ਜਿੱਤੇ ਇਸ ਵੇਲੇ ਅਨਵਰ ਤੇ ਉਹਦੇ ਪੁੱਤਰ ਫਜ਼ਲ ਮਨੇਸ਼ ਦਾ ਕਬਜ਼ਾ ਸੀਸਾਵੇਂ ਜਾਖਲੋਤਾ ਤੇ ਜਿਵੇਂ ਮੇਰੇ ਭਾਵਾਂ ਦਾ ਖੜ ਪੇ ਕਾਬੂ ਹੋ ਗਿਆ ਜਿਵੇਂ ਜਿਵੇਂ ਧਿਆਨ ਲਾ ਵੇਖਦਾ ਉਸ ਹਵੇਲੀ 'ਚ ਆਪਣੇ ਨਾਲ ਕੁਝ ਜੀਆਂ ਨੂੰ ਟੁਰਦਿਆਂ ਫਿਰਦਿਆਂ ਮਹਿਸੂਸ ਕਰਦਾ ਪਹਿਲਾਂ ਮੇਰੀਆਂ ਪੁੱਭਾਂ ਨਿਕਲੀਆਂ ਫਿਰ ਚੀਕਾਂ ਫਿਰ ਮੈਂ ਕਮਲਾ ਹੋ ਹੋ ਰੋਇਆ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰਾ ਬਾਪ ਹੀ ਨਹੀਂ ਪਰਿਵਾਰ ਹੀ ਨਹੀਂ ਸਗੋਂ ਮੇਰਾ ਆਪਣੇ ਜਿਉਂਦੇ ਜਾਗਦੇ ਦਾ ਸਭ ਕੁਝ ਹੀ ਮਰ ਗਿਆ ਸੀ ਤੇ ਮੈਂ ਦੁਨੀਆ ਦੇ ਮੇਲੇ 'ਚ ਕਿਸੇ ਰੋਹੀ ਦੇ ਰੁੱਖ ਵਾਂਗੂ ਇਕੱਲਾ ਖੜਾ ਸਾਂ ਤੇ ਮੇਰਾ ਨੌਜਵਾਨ ਡਾਕਟਰ ਮੁੰਡਾ ਆਪਣੇ ਆਪ ਵਿੱਚ ਵਕ ਪਰੇਸ਼ਾਨ ਸੀ ਕਿ ਉਹ ਹਾਲਾਤ ਨੂੰ ਕਿਵੇਂ ਸੰਭਾਲੇ ਪਛੇਤਾਨੀ ਦੇ ਭਾਰ ਹੇਠ ਮੂੰਹ-ਮੂੰਹ ਦੱਬਿਆ ਵੇਖ ਸਾਡੀ ਲਾਚਾਰਗੀ ਤੋਂ ਲਾਚਾਰ ਹੋ ਪਿੰਡ ਦੀ ਇੱਕ ਬੁੱਢੀ ਤ੍ਰਿਮਤ ਸਾਨੂੰ ਰੱਬ ਬਣ ਬੋੜੀ ਨੇ ਅੱਗੇ ਬਾਦ ਮੈਨੂੰ ਰੋਂਦੇ ਕੁਰਲਾ ਦੇ ਨੂੰ ਆਪਣੀਆਂ ਬਾਹਾਂ ਚ ਘੁੱਟ ਲਿਆ ਮੈਂ 50 55 ਵਰਿਆਂ ਦੀ ਭਾਰੂ ਮਰਦਾ ਜਣਾ ਬੁੱਢੀ ਦੀ ਹਿੱਕ ਨੂੰ ਮਾਂ ਦੀ ਹਿੱਕ ਜਾਣੋ ਦੀਆਂ ਬਾਹਾਂ ਚ ਘੁੱਟਿਆ ਝਾਰ-ਝਾਰ ਰੋ ਰਿਆ ਸਾਂ ਮੇਰੇ ਆ ਪੁੱਤਰਾ ਮਾਂ ਸਦਕੇ ਮੋਹਣਿਆ ਰੋਈਦਾ ਨਹੀਂ ਤੇਰੀ ਬੇਬੇ ਜਗੀਰੋ ਤੇ ਮੇਰੇ ਨਿੱਕੇ ਹੁੰਦਿਆਂ ਦੀ ਸੇਲੀ ਸੀ ਅਸੀਂ ਸਤਲੁਜ ਪਾਰ ਲੱਗਦੇ ਮਾਲਵੇ ਦੇ ਇੱਕ ਪਿੰਡ ਦੀਆਂ ਸਾਂ ਮੈਂ ਆ ਤੇਰੀ ਮਾਸੀ ਮਲਵੈਣ ਆ ਜਾ ਮੇਰੇ ਬੱਚੜੇ ਮੈਂ ਦੱਸਾਂਗੀ ਤੈਨੂੰ ਸਾਰਾ ਕੁਝ ਮਾਰਲੇ ਮੈਨੂੰ ਸੱਤਰੀ ਬਤਰੀ ਨੂੰ ਜਿਹੜਾ ਜਾਨੋ ਮਾਰਦਾ ਪਿਛਲੇ ਪੰਜਾਹ ਵਰਿਆਂ ਦਾ ਭਾਈਆ ਭਾਈਆ ਨਿਹਾਲ ਸਿੰਘ ਆਪਣੇ ਪਿੰਡ ਦੀ ਹਿੱਕ ਤੇ ਚੜਿਆ ਬੈਠਾ ਡਾਕੀ ਪੈਣਿਓ ਕਬਰਾਂ ਪਾੜ ਮੁਰਦੇ ਖਾਣਿਓ ਪੀਰਾ ਮਾਰਿਓ ਜੇ ਹੁਣ ਵੇਲਾ ਆਇਆ ਹੈ ਹਿੱਕੋ ਭਾਰਲਾ ਸੁਰਖ ਰੂਹ ਆਉਣ ਦਾ ਤਾਂ ਅੰਦਰ ਵੜ ਬੈਠਿਓ ਆਪਣੇ ਗੁਨਾਹਾਂ ਨੂੰ ਗੋਦੜੀਆਂ ਤੇ ਜੁੱਲੀਆਂ ਹਿਟ ਲੁਕੋ ਬੈਠਿਓ ਸ਼ਰਮ ਕਰੋ ਕੁਝ ਤੁਹਾਨੂੰ ਰੱਬ ਦੀ ਮਾਰ ਪਏ ਪਹਿਲਾਂ ਤਾਂ ਤੁਸੀਂ ਇੱਕ ਮੁੰਡੇ ਨੂੰ ਯਤੀਮ ਕੀਤਾ ਉਦੀ ਮਾਸੂਮ ਭੈਣ ਦੀ ਜਾਨ ਲਈ ਉਹਦੇ ਬੇਦੋਸ਼ੇ ਬਾਪ ਦਾ ਕੀਮਾ ਕੀਤਾ ਤੇ ਇੱਥੇ ਜਦ ਹੁਣ ਜਗੀਰੋ ਦਾ ਮੁੰਡਾ ਤੁਹਾਡੇ ਕੀਤੇ ਗੁਨਾਹ ਦਾ ਹਿਸਾਬ ਮੰਗਣ ਆਇਆ ਤਾਂ ਉਹਦੇ ਵੈਰੀ ਹੋ ਬੈਠੇ ਹੋ ਤੁਸੀਂ ਸਾਰੇ ਇੱਕ ਇੱਕ ਕਰਕੇ ਦੋਜ਼ਖ ਦੀ ਅੱਗ ਚ ਸੜੋਗੇ ਬੱਸ ਮੈਂ ਕਹਿ ਦਿੱਤਾ ਰੱਬ ਦੀ ਦਰਗਾਹੇ ਜ਼ੋਰ ਮਾਰ ਲਓ ਬਖਸ਼ੇ ਨਹੀਂ ਜਾਓਗੇ ਸੌ ਸੌ ਹੋਈ ਮਾਸੀ ਮਲਵੈਂ ਛਾਤੀ ਪਿੱਟ ਰਹੀ ਸੀ ਤੇ ਆਖਰ ਮੈਨੂੰ ਤੇ ਮੇਰੇ ਮੁੰਡੇ ਨੂੰ ਬਾਹੋਂ ਫੜ ਆਪਣੇ ਘਰ ਲੈ ਬੜੇ ਧੰਨਵਾਦ ਚਲ